ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਸੀ ਜੋ ਤੁਸੀਂ ਸਹਿਯੋਗ ਸਾਨੂੰ ਦਿੱਤਾ ਇਹ ਆਪਣੀ ਲੜੀ ਦਾ ਤੀਸਰਾ ਅੱਜ ਲੈਕਚਰ ਸੀਗਾ। ਇਸ ਤੋਂ ਪਹਿਲਾਂ ਇੰਦਰ ਸਿੰਘ ਘੱਗਾ ਅਤੇ ਹਰਜਿੰਦਰ ਸਿੰਘ ਸਭਰਾ ਅਤੇ ਅੱਜ ਆਪਣੇ ਨਾਲ ਸੀਗੇ ਗਿਆਨੀ ਜਸਵੀਰ ਸਿੰਘ ਹੋਣੀ ਅਤੇ ਹਰਮਨਪ੍ਰੀਤ ਸਿੰਘ ਕਪੂਰਥਲੇ ਵਾਲੇ। ਅਸੀਂ ਕੋਸ਼ਿਸ਼ ਕਰ ਰਹੇ ਵੀ ਇਸ ਲੜੀ ਨੂੰ ਇੱਦਾਂ ਹੀ ਲਾਗੂ ਰੱਖੀਏ। ਅਸੀਂ ਇਸ ਪ੍ਰਚਾਰ ਨੂੰ ਇਸ ਢੰਗ ਦੇ ਨਾਲ ਲਾਗੂ ਕਰਨਾ ਚਾਹੁੰਦੇ ਹਾਂ ਜੇ ਤੁਹਾਡਾ ਸਹਿਯੋਗ ਇੱਦਾਂ ਹੀ ਸਾਡੇ ਨਾਲ ਰਿਹਾ। ਹੁਣ ਮੈਂ ਬੇਨਤੀ ਕਰਾਂਗਾ ਗਿਆਨੀ ਜਸਵੀਰ ਸਿੰਘ ਉਹਨਾਂ ਨੂੰ ਵੀ ਉਹ ਸਟੇਜ 'ਤੇ ਆਉਣ। ਜਿੰਨਾ ਚਿਰ ਉਹ ਸਟੇਜ 'ਤੇ ਆਉਂਦੇ ਆ ਮੈਂ ਉਹਨਾਂ ਦੀ ਥੋੜ੍ਹੀ ਜਿਹੀ ਜਾਣਕਾਰੀ ਤੁਹਾਨੂੰ ਦੇਣੀ ਚਾਹੁੰਦੇ ਹਾਂ ਕਿਉਂਕਿ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਉਹ ਪੇਪਰਾਂ ਦੇ ਵਿੱਚ ਵੀ ਅਤੇ ਆਪਣੇ ਰੇਡੀਓ ਅਤੇ ਟੀਵੀ 'ਤੇ ਕਾਫੀ ਪ੍ਰਚਾਰ ਕਰਦੇ ਆ ਅਤੇ ਇਹਨਾਂ ਨੇ ਕਿਤਾਬਾਂ ਵੀ ਲਿਖੀਆਂ ਜਿਹੜੀਆਂ ਕਿ ਅੱਜ ਕੱਲ੍ਹ ਪਬਲਿਸ਼ ਹੋ ਰਹੀਆਂ ਛੇਤੀ ਤੁਹਾਡੇ ਕੋਲ ਆ ਜਾਣਗੀਆਂ। ਅਤੇ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਕੋਲ ਦੋ ਹੋਰ ਵਿਦਵਾਨ ਹੈਗੇ ਆ ਜਿਨ੍ਹਾਂ ਨੂੰ ਕਿ ਅਸੀਂ ਅੱਜ ਟਾਈਮ ਨਹੀਂ ਦੇ ਸਕੇ। ਮੈਂ ਸਭ ਤੋਂ ਪਹਿਲਾਂ ਸ਼ਮਸ਼ੇਰ ਸਿੰਘ ਖਾਲਸਾ ਜੀ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਸਟੇਜ 'ਤੇ ਆਉਣ। ਅਸੀਂ ਇੱਕ ਮਾਣ ਪੱਤਰ ਤਿਆਰ ਕੀਤਾ ਜਿਹੜਾ ਉਹ ਗਿਆਨੀ ਜੀ ਉਹਨਾਂ ਨੂੰ ਭੇਂਟ ਕਰਨਗੇ। ਇਸ ਮਾਣ ਪੱਤਰ ਦੀ ਜਿਹੜੀ ਵਰਡਿੰਗ ਹੈ ਮੈਂ ਆਪ ਜੀ ਨੂੰ ਪੜ੍ਹ ਕੇ ਸੁਣਾਉਂਦਾ। ਪ੍ਰੋਫੈਸਰ ਸਾਹਿਬ ਸਿੰਘ ਮੈਮੋਰੀਅਲ ਅਵਾਰਡ ਪ੍ਰਜੈਂਟਡ ਟੂ ਭਾਈ ਜਸਵੀਰ ਸਿੰਘ ਫਾਰ ਹਿਸ ਕਮਿਟਮੈਂਟ ਐਂਡ ਡੈਡੀਕੇਸ਼ਨ ਇਨ ਕ੍ਰਿਸਟਲਾਈਜ਼ਿੰਗ ਦ ਮੈਸੇਜ ਆਫ ਗੁਰੂ ਗ੍ਰੰਥ ਸਾਹਿਬ ਵੱਲੋਂ ਕਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੋਸਾਇਟੀ 20 ਅਕਤੂਬਰ 2012। ਭੁਲੇ ਸੋ ਨਿਹਾਲ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਪਾਸ ਦੂਸਰੇ ਵਿਦਵਾਨ ਰਣਜੀਤ ਸਿੰਘ ਹੋਣੀ ਜੋ ਕਿ ਮਿਸ਼ਨਰੀ ਆ ਅੱਜ ਕੱਲ੍ਹ ਖਾਲਸਾ ਪਰਿਵਾਰ ਦੇ ਵਿੱਚ ਕਥਾ ਕਰਦੇ ਉਹਨਾਂ ਨੂੰ ਬੇਨਤੀ ਕਰਾਂਗਾ ਸਟੇਜ 'ਤੇ ਆਉਣ। ਅਤੇ ਉਹ ਮਾਣ ਪੱਤਰ ਪ੍ਰਜੈਂਟ ਕਰਨਗੇ ਹਰਮਨਪ੍ਰੀਤ ਸਿੰਘ ਉਹਨਾਂ ਨੂੰ। ਭਲੇ ਸੋ ਨਿਹਾਲ। ਅਖੀਰ ਦੇ ਵਿੱਚ ਆਪ ਸਾਹਿਬ ਦਾ ਅੱਜ ਆਪਣਾ ਟਾਈਮ ਕੱਢ ਕੇ ਇੱਥੇ ਪਹੁੰਚਣ ਲਈ ਬਹੁਤ ਬਹੁਤ ਧੰਨਵਾਦ।